ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਪੂਰਾ ਪੰਜਾਬ ਭਾਰਤ ਦੇ ਲੋਕ ਪਹੁੰਚ ਰਹੇ ਹਨ, ਉੱਥੇ ਵੱਖ ਵੱਖ ਹਸਤੀਆਂ ਵੀ ਇਸ ਵਿੱਚ ਪਹੁੰਚ ਰਹੀਆਂ ਹਨ। ਸਾਡੇ ਨਾਲ ਨੇ ਇੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਦੇ ਮੁਖੀ ਭਾਈ ਗੁਰਕਪਾਲ ਜੋ ਕਿ ਕਿਤਨੇ ਵੀ ਹਨ, ਉਹ ਇੱਥੇ ਪਹੁੰਚੇ ਨੇ। ਉਹਨਾਂ ਵੱਲੋਂ ਇੱਥੇ ਲੰਗਰ ਵੀ ਚਲਾਇਆ ਜਾ ਰਿਹਾ, ਆਓ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਕਿਵੇਂ ਦਾ ਨਜ਼ਾਰਾ ਕਿਸਾਨੀ ਸੰਘਰਸ਼ ਚਲਾਇਆ ਜਾ ਰਿਹਾ ਜੀ? ਬਹੁਤ ਵੱਡਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਔਰ ਅਸੀਂ ਅੱਜ ਤੱਕ ਇਤਿਹਾਸ ਸੁਣਦੇ ਸਾਂ ਪਿਛਲੇ ਸਮੇਂ ਵਿੱਚ, ਔਰ ਇਸ ਵੇਲੇ ਅੱਖੀ ਦੇਖ ਰਹੇ ਹਾਂ ਬਈ ਕਿਵੇਂ ਸਾਡੇ ਪੰਜਾਬ ਦੇ ਗੁਰੂ ਕੇ ਲਾਲਾਂ ਨੇ ਕਿਸਾਨਾਂ ਨੇ ਬੈਰੀਅਰ ਵੀ ਤੋੜੇ ਅਤੇ ਦਿੱਲੀ ਤੱਕ ਪਹੁੰਚੇ। ਪਹੁੰਚਣ ਤੋਂ ਬਾਅਦ ਹੁਣ ਵੀ ਕਿਵੇਂ ਸੰਗਤਾਂ ਦਾ ਸਾਰਾ ਸਹਿਯੋਗ ਅਤੇ ਲੰਗਰ ਚੱਲ ਰਹੇ ਨੇ ਔਰ ਇਹਨਾਂ ਦੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਵਿੱਚ ਸੰਗਤਾਂ ਦੀ ਅਸੀਸ ਸ਼ਾਮਿਲ ਹੋ ਗਈ ਹੈ, ਕਾਰਸੇ ਵਾਲੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਸ਼ਾਮਿਲ ਹੋ ਗਈਆਂ, ਕਮੇਟੀਆਂ ਦੀਆਂ ਅਸੀਸਾਂ ਸ਼ਾਮਿਲ ਹੋ ਗਈਆਂ ਔਰ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਅਸੀਸਾਂ ਸ਼ਾਮਿਲ ਹੋ ਗਈਆਂ ਨੇ। ਔਰ ਮੈਂ ਤੁਹਾਨੂੰ ਕੀ ਦੱਸਾਂ ਬਈ, ਸਾਡਾ ਵੀਰਵਾਰ ਕੱਲ੍ਹ ਪ੍ਰੋਗਰਾਮ ਹੁੰਦਾ, ਉੱਥੇ 8-10 ਰੁਕੇ ਇਹੋ ਜਿਹੇ ਸੀ ਵੀ ਇੰਨੇ ਪਾੜ ਜਪਜੀ ਸਾਹਿਬ ਕਿਸਾਨਾਂ ਦੀ ਚੜ੍ਹਦੀ ਕਲਾ ਲਈ, ਇੰਨੇ ਪਾੜ ਜਪਜੀ ਸਾਹਿਬ 'ਚ। ਇਸ ਕਰਕੇ ਜ਼ਰੂਰ ਬਾਣੀ ਦਾ ਪਹਿਰੇ ਦਾ ਸਦਕਾ ਜਿੱਤ ਹੋਏਗੀ, ਗੁਰੂ ਰਾਮਦਾਸ ਮਿਹਰ ਕਰਨਗੇ। ਕੇਂਦਰ ਦੀ ਮੋਦੀ ਸਰਕਾਰ ਅੜੀ ਪਈ ਆ, ਕਿਸਾਨ ਕਹਿ ਰਹੇ ਕਾਨੂੰਨ ਰੱਦ ਕੀਤੇ ਜਾਂਦੇ ਪਰ ਉਹ ਕਿਸਾਨਾਂ ਨਾਲ ਸੱਦਾ ਦੇ ਰਹੇ, ਵਾਰ ਵਾਰ ਮੀਟਿੰਗਾਂ ਕਰ ਰਹੇ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਜੀ। ਅਸੀਂ ਕਿਸਾਨਾਂ ਦੀ ਇਸ ਚੀਜ਼ ਨੂੰ ਵਧਾਈ ਦਿੰਦੇ ਹਾਂ ਕਿ ਜੋਸ਼ ਦੇ ਨਾਲ ਹੋਸ਼ ਲੈ ਕੇ ਚੱਲ ਰਹੇ ਆ, ਅਤੇ ਇਸ ਜੋਸ਼ ਦੇ ਨਾਲ ਜਿਹੜੀ ਹੋਸ਼ ਨੂੰ ਜ਼ਰੂਰ ਭਾਗ ਲੱਗਣਗੇ, ਗੁਰੂ ਸਾਹਿਬ ਮਿਹਰ ਕਰਨਗੇ, ਪੂਰੀ ਆਸ ਹੈ ਜੀ। ਵੱਡੀ ਗਿਣਤੀ ਸੰਗਤਾਂ ਇੱਥੇ ਪਹੁੰਚ ਰਹੀਆਂ ਦੇਸ਼ਾਂ ਵਿਦੇਸ਼ਾਂ ਤੋਂ, ਤੁਸੀਂ ਹੋਰ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਸੰਘਰਸ਼ ਦੀ ਕਾਮਯਾਬੀ ਲਈ? ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਸਾਡੇ ਕੋਲ ਬਾਣੀ ਦਾ ਆਸਰਾ, ਸਿਮਰਨ ਦਾ ਆਸਰਾ, ਅਖੰਡ ਪਾਠ ਸਾਹਿਬ ਬੇਨਤੀ ਰੂਪ 'ਚ ਵੱਧ ਤੋਂ ਵੱਧ ਬਾਣੀ ਦਾ ਜਾਪ ਇਹਨਾਂ ਲਈ ਵੱਧ ਤੋਂ ਵੱਧ। ਔਰ ਮੈਂ ਤੁਹਾਨੂੰ ਅਜੀਤ ਸਾਰੀ ਅਦਾਰੇ ਨੂੰ ਦੱਸਣ 'ਚ ਖੁਸ਼ੀ ਮਹਿਸੂਸ ਕਰਦਾ ਕਿ ਬਾਹਰੋਂ ਇੰਨੇ ਫੋਨ ਆ ਰਹੇ ਨੇ ਔਰ ਸਾਰੇ ਚੌਪਾਈ ਸਾਹਿਬ ਦੇ ਪਾਠ ਕਰ ਰਹੇ ਨੇ ਇਸ ਸੰਘਰਸ਼ ਲਈ, ਇੱਕ ਦਰਦ ਹੈ ਇਹ ਪੰਜਾਬ ਨੂੰ ਇਹਨਾਂ ਕਿਸਾਨਾਂ ਨੇ ਹਾਈ ਲੈਵਲ 'ਤੇ ਵੀ ਲੈ ਜਾਂਦਾ ਔਰ ਇਹਦੇ ਵਿੱਚ ਸਾਰੇ ਹੀ ਆਪਣੇ ਦਰਦ ਨੂੰ ਜਿਹੜਾ ਸ਼ਾਮਿਲ ਕਰ ਰਹੇ ਨੇ, ਉਹ ਜ਼ਰੂਰ ਆਵਾਜ਼ ਪਹੁੰਚਦੀ ਜਿਹੜੀ ਅੰਦਰ ਦੀ ਪਰਮੇਸ਼ਰ ਤੱਕ। ਸੋ ਦੋਸਤੋ, ਤੁਸੀਂ ਸੁਣਿਆ ਕਿ ਭਾਈ ਗੁਰਕਪਾਲ ਜੀ ਉਹਨਾਂ ਨੇ ਦੱਸਿਆ ਕਿ ਬਾਣੀ ਦਾ ਜ਼ਰੂਰ ਅਸਰ ਹੁੰਦਾ, ਜਿਹੜਾ ਕਿਸਾਨੀ ਦਾ ਸੰਘਰਸ਼ ਹੈ ਜ਼ਰੂਰ ਸਫਲਤਾ ਮਿਲੇਗੀ। ਸੋ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਜਲਦ ਤੋਂ ਜਲਦ ਕਿਸਾਨਾਂ ਦੇ ਜਿਹੜੇ ਜੋ ਮੰਗਾਂ ਨੇ ਉਹਨਾਂ ਨੂੰ ਹੱਲ ਕਰੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।